ਸਤਿ ਸ਼੍ਰੀ ਅਕਾਲ ਜੀ, ਮੈਂ ਜਸ ਚਾਵਲਾ ਡੈਸਟਨੀ ਰੋਡ ਤੋਂ। ਸੋ ਪਿਛਲੇ ਕਾਫੀ ਅਸੀਂ ਵੀਡੀਓ ਲਾਈਵ ਹੋ ਕੇ ਤੁਹਾਨੂੰ ਨਾਲ ਸ਼ੇਅਰ ਕੀਤੀਆਂ, ਤੁਹਾਨੂੰ ਆਪਾਂ ਇਨਫੋਰਮ ਕੀਤਾ, ਤੁਹਾਨੂੰ ਅਵੇਅਰ ਕੀਤਾ, ਜੋ ਕਿ ਸਾਡੀ ਕੰਪਨੀ ਦਾ ਹਮੇਸ਼ਾ ਟੀਚਾ ਰਿਹਾ। ਸਾਡਾ ਮੋਟਿਵ ਇਹੀ ਹੁੰਦਾ ਕਿ ਕਲਾਇੰਟਸ ਤੱਕ, ਸਟੂਡੈਂਟਸ ਤੱਕ ਜਿਹੜੀ ਵੱਧ ਤੋਂ ਵੱਧ ਸਹੀ ਇਨਫੋਰਮੇਸ਼ਨ ਹੈਗੀ ਆ ਉਹ ਪਹੁੰਚੇ। ਅਤੇ ਅੱਜ ਵੀ ਲਾਈਵ ਹੋਣ ਦਾ ਜਿਹੜਾ ਮੇਨ ਮਕਸਦ ਤੁਹਾਨੂੰ ਅਵੇਅਰ ਕਰਨਾ ਹੀ ਹੈ, ਔਰ ਇੱਕ ਇਹੋ ਜਿਹਾ ਮੁੱਦਾ ਹੈ ਜਿਹੜਾ ਪਿਛਲੇ ਕਈ ਮਹੀਨਿਆਂ ਤੋਂ, ਇੱਕ ਸਾਲ ਹੀ ਹੋ ਗਿਆ ਸ਼ਾਇਦ ਆਪਾਂ ਇਹਦੇ ਉੱਤੇ ਬੋਲ ਰਹੇ ਹਾਂ। ਅਤੇ ਉਮੀਦ ਕਰਦੇ ਹਾਂ ਕਿ ਅੱਜ ਇਹ ਮੈਸੇਜ ਜਿਹੜਾ ਹੈਗਾ ਆਵਾਮ ਤੱਕ ਵੱਧ ਤੋਂ ਵੱਧ ਪਹੁੰਚ ਜਾਵੇ। ਸੋ ਅੱਜ ਮੁੱਦਾ ਹੈਗਾ ਕੈਨੇਡਾ ਦਾ। ਰੀਜ਼ਨ ਹੈ ਕਿ ਕੈਨੇਡਾ ਬਾਰੇ ਬਹੁਤ ਜ਼ਿਆਦਾ ਹਲੇ ਵੀ ਮਿਸਕਨਸੈਪਸ਼ਨ ਜਾਂ ਇੰਨਾ ਕੁ ਏਜੰਟਸ ਮਿਸਗਾਈਡ ਕਰਦੇ ਪਏ ਆ। ਸੋ ਇਹ ਜਿਹੜੀ ਮੇਰੀ ਅੱਜ ਮੈਸੇਜ ਹੈਗਾ ਉਹ ਪੇਰੈਂਟਸ ਨਾਲ ਵੀ ਹੈ, ਸਟੂਡੈਂਟਸ ਨਾਲ ਵੀ ਹੈ। SDS ਬਾਰੇ ਸਭ ਨੂੰ ਪਤਾ ਹੈ, ਨੋਨ SDS ਬਾਰੇ ਸਭ ਨੂੰ ਪਤਾ, ਜੋ ਨਹੀਂ ਪਤਾ ਉਹਦੇ ਬਾਰੇ ਅੱਜ ਗੱਲ ਕਰਦੇ ਹਾਂ। ਜੇਕਰ ਤੁਹਾਡੇ 6 ਬੈਂਡਸ ਓਵਰਆਲ ਨੇ, ਤੁਹਾਡੇ 5.5 ਇੱਕ ਵਿੱਚ ਜਾਂ 2 ਵਿੱਚ ਨੇ, ਤੁਸੀਂ ਲੋਕ ਵੱਡੇ ਵੱਡੇ ਏਜੰਟਸ ਦੇ ਕੋਲੋਂ ਪੈਕੇਜ ਦਾ ਸ਼ਿਕਾਰ ਹੋ ਜਾਂਦੇ ਹੋ। ਪੈਕੇਜ ਵੀ ਕੋਈ ਛੋਟੇ ਮੋਟੇ ਨਹੀਂ, 20-20 ਲੱਖ, 16-16 ਲੱਖ ਰੁਪਏ ਦੇ, ਪਲੱਸ ਤੁਹਾਡੀ GIC ਜਿਹੜੀ ਤੁਸੀਂ ਆਪੇ ਪੇ ਕਰਨੀ ਆ। ਸੋ ਮੇਰਾ ਤੁਹਾਨੂੰ ਸਵਾਲ ਹੈ, ਤੁਸੀਂ ਕਦੀ ਆਪਣੇ ਏਜੰਟ ਨੂੰ ਪੁੱਛਿਆ ਕਿ ਤੁਸੀਂ ਜਿਹੜੇ ਕਾਲਜ ਪੜ੍ਹਨ ਜਾ ਰਹੇ ਹੋ ਜਿਹਦੀ ਫੀਸ ਕੈਨੇਡਾ ਦੀ 13,000, 14,000 ਜਾਂ 10,000 ਵੀ ਹੈ ਜਾਂ 12,000 ਵੀ ਹੈ, ਤੁਸੀਂ ਉਹਦੇ ਨਾਲ 20 ਲੱਖ ਦਾ ਜਾਂ 16 ਲੱਖ ਦਾ ਪੈਕੇਜ ਕਰ ਰਹੇ ਹੋ, ਕਿ ਉਸ ਕਾਲਜ ਦੇ ਵਿੱਚ ਪੜ੍ਹਨ ਤੋਂ ਬਾਅਦ ਜਾਂ ਪੜ੍ਹਨ ਦੌਰਾਨ ਤੁਹਾਨੂੰ ਵਰਕਿੰਗ ਰਾਈਟਸ ਮਿਲਣਗੇ? 2 ਸਾਲ ਦੇ ਡਿਪਲੋਮੇ ਕਰਨ ਤੋਂ ਬਾਅਦ ਕੀ ਉਹ ਕਾਲਜ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇਗਾ? ਕਿਆ ਤੁਹਾਨੂੰ ਵਰਕਿੰਗ ਰਾਈਟਸ ਮਿਲਣਗੇ ਤੁਹਾਡੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ? ਸੋ ਬੜਾ ਗੰਭੀਰ ਮੁੱਦਾ ਹੈ, ਸੋ ਮੈਂ ਅੱਜ ਉਹਦੇ ਬਾਰੇ ਗੱਲ ਕਰਾਂਗਾ। ਸੋ ਮੇਨ ਹੈਗਾ ਕਿ ਜਦੋਂ ਤੁਸੀਂ ਇਸ ਵੈਬਸ ਜਿਹੜੀ ਮੈਂ ਲਾਈਵ ਹੋ ਰਿਹਾ, ਇਹਦੇ ਥੱਲੇ ਟਾਈਟਲ ਦੇ ਡਿਸਕ੍ਰਿਪਸ਼ਨ ਹੈਗਾ, ਤੁਸੀਂ ਉਹਨੂੰ ਕਲਿੱਕ ਕਰੋਗੇ, ਉਹਦੇ ਵਿੱਚ ਤੁਹਾਨੂੰ ਇਹ ਸਿੱਧਾ ਲਿੰਕ ਕੈਨੇਡਾ ਦੀ ਵੈਬਸਾਈਟ 'ਤੇ ਲੈ ਕੇ ਜਾਏਗਾ, ਜਿੱਥੇ ਇਹ ਚੀਜ਼ ਸਾਫ ਮੈਂਸ਼ਨ ਹੈਗੀ ਹੈ ਕਿ ਕਿੰਨੇ ਕਿਹੜੇ ਕਿਹੜੇ ਕਾਲਜ ਕੋਲੋਂ DLA ਨੰਬਰ ਹੈਗਾ। ਜੇ ਹੈਗਾ DLA ਨੰਬਰ ਹੋਣ ਦੇ ਨਾਲ ਇਹ ਨਹੀਂ ਹੈਗਾ ਕਿ ਉਹ ਕਾਲਜ ਕੋ ਤੁਹਾਨੂੰ ਵਰਕਿੰਗ ਰਾਈਟਸ ਵੀ ਦੇਗਾ ਅਤੇ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਵੀ ਦੇਗਾ, ਠੀਕ ਹੈ? ਸੋ ਉਹ ਮੇਰਾ ਖਿਆਲ ਇਕੱਲੇ ਇਕੱਲੇ ਕੋਰਸ ਬਾਰੇ, ਇਕੱਲੇ ਇਕੱਲੇ ਪ੍ਰੋਵਿੰਸ ਵਾਈਜ਼, ਕਾਲਜ ਵਾਈਜ਼, ਔਰ ਕਈ ਵਾਰੀ ਕੁਛ ਕਾਲਜਿਸ ਕੋਲ DLA ਨੰਬਰ ਹੈਗਾ, DLA ਨੰਬਰ ਦੇ ਨਾਲ ਨਾਲ ਉਹਨਾਂ ਦੇ ਕੋਲੋਂ ਨਾਲ ਦੇ ਨਾਲ ਕੁਛ ਸਿਰਫ ਚੁਣਿੰਦੇ ਕੋਰਸਿਸ ਨੇ ਜਿਨ੍ਹਾਂ ਦੇ ਕੋਲ ਤੁਹਾਨੂੰ ਪੜ੍ਹਾਈ ਕਰਨ ਤੋਂ ਬਾਅਦ ਵਰਕ ਪਰਮਿਟ ਮਿਲੇਗਾ। ਸੋ ਅੱਜ ਮੰਨ ਲਓ ਤੁਸੀਂ ਅੱਜ ਕਿਸੇ ਪ੍ਰਾਈਵੇਟ ਕਾਲਜ ਦੇ ਵਿੱਚ ਮਨ ਲੁਭਾਵਨੀ ਕੋਈ ਐਡ ਕਰਕੇ 15-16 ਲੱਖ ਰੁਪਇਆ ਖਰਚ ਕੇ ਤੁਸੀਂ ਉਹਨੂੰ ਪੁੱਛੋ ਏਜੰਟ ਨੂੰ ਕਿ ਬਈ ਤੇਰਾ DLA ਨੰਬਰ ਤੇਰੇ ਕੋਲ 'ਚ ਹੈਗਾ, ਪਰ ਤੇਰਾ ਕੋਈ ਵੀ ਕੋਰਸ ਮੀਨਸ ਕਿ ਤੇਰਾ ਇੱਕ ਵੀ ਕੋਰਸ, ਕੋਈ ਵੀ ਡਿਪਲੋਮਾ ਜਿਹੜਾ ਹੈਗਾ ਉਹ ਕਰਨ ਤੋਂ ਬਾਅਦ ਮੈਨੂੰ ਵਰਕਿੰਗ ਰਾਈਟਸ ਨਹੀਂ ਮਿਲਣੇ, ਮੈਂ ਉਸ ਤੋਂ ਬਾਅਦ ਕੀ ਕਰਾਂਗਾ? ਏਜੰਟ ਕੋਈ ਜਵਾਬ ਨਹੀਂ ਹੋਣਾ, ਤੁਸੀਂ 20 ਲੱਖ ਰੁਪਇਆ ਪੇ ਕਰ ਰਹੇ ਹੋ ਜਾਂ 16 ਲੱਖ ਰੁਪਏ ਪੇ ਕਰ ਰਹੇ ਹੋ, ਪਲੱਸ GAC ਆਪਣੀ ਆਪ ਪੇ ਕਰਕੇ ਜਾ ਰਹੇ ਹੋ। ਔਰ ਮੈਨੂੰ ਹੈਰਾਨੀ ਹੈ ਕਿ ਬੱਚੇ ਉੱਥੇ ਜਾ ਕੇ 2 ਸਾਲ ਪੜ੍ਹਨ ਤੋਂ ਬਾਅਦ ਕੀ ਕਰਨਗੇ? ਕਿਆ ਦੁਬਾਰਾ ਆਇਲਸ ਇੰਪਰੂਵ ਕਰਨਗੇ? ਬਿਕੋਜ਼ ਵਰਕ ਪਰਮਿਟ ਤਾਂ ਮਿਲਣਾ ਨਹੀਂ, PR ਤਾਂ ਪੈਣੀ ਨਹੀਂ, ਇਹਦਾ ਮਤਲਬ ਹੈ ਦੁਬਾਰਾ ਆਪਣੀ ਆਇਲਸ ਇੰਪਰੂਵ ਕਰਕੇ ਦੁਬਾਰਾ ਸਟੱਡੀ ਕਰਨਗੇ ਤਾਂ ਜੋ ਉਹਨਾਂ ਨੂੰ ਕੋਈ PR ਦੀ ਪੋਸੀਬਿਲਿਟੀਜ਼ ਬਣਨ। ਸੋ ਇਸ ਲਾਈਵ ਸੈਸ਼ਨ ਦੇ ਵਿੱਚ ਥੱਲੇ ਤੁਸੀਂ ਚੈੱਕ ਕਰੋਗੇ, ਡਿਸਕ੍ਰਿਪਸ਼ਨ ਹੈਗਾ, ਉਹਨੂੰ ਕਲਿੱਕ ਕਰੋਗੇ, ਆਪਣੇ ਏਜੰਟ ਨੂੰ ਬਿਲਕੁਲ ਰਾਬਤਾ ਕਾਇਮ ਕਰੋ ਉਹਦੇ ਨਾਲ, ਉਹਨੂੰ ਪੁੱਛੋ ਕਿ ਬਈ ਤੇਰੇ ਜਿਹੜਾ ਕੋਰਸ ਉਹਨੂੰ ਲੈ ਕੇ ਦੇ ਰਿਹਾ, ਇਹ ਕੋਰਸ ਤੋਂ ਬਾਅਦ ਮੈਨੂੰ ਵਰਕ ਪਰਮਿਟ ਨਹੀਂ ਮਿਲਣਾ ਤਾਂ ਮੈਂ ਉੱਥੇ ਕੀ ਕਰਾਂਗਾ? ਦੇਖੋ, ਪ੍ਰਾਈਵੇਟ ਕਾਲਜ 'ਚ ਪੜ੍ਹਨਾ ਇਜ਼ ਐਜ਼ ਵਿਕਲ ਕਿ ਤੁਸੀਂ ਉੱਥੇ ਜਾ ਕੇ ਟੂਰਿਸਟ ਵੀਜ਼ੇ 'ਤੇ ਜਾ ਕੇ ਸਟੇ ਕਰ ਰਹੇ ਹੋ। ਪੜ੍ਹ ਲਵੋਗੇ ਪਰ ਪੜ੍ਹਨ ਤੋਂ ਬਾਅਦ ਵਾਪਸ ਆਉਣਾ ਪੈਣਾ, ਜਾਂ ਮਾਂ ਪਿਓ ਦੇ ਦੁਬਾਰਾ ਉਨੇ ਹੀ ਪੈਸੇ ਲਾਉਣੇ ਪੈਣੇ ਆ ਜਿੰਨੇ ਇੱਥੇ ਲਾ ਕੇ ਜਾ ਰਹੇ ਹੋ। 13,000 ਫੀਸ ਜਾਂ 15,000 ਫੀਸ ਪ੍ਰਾਈਵੇਟ ਕਾਲਜ ਦੀ, 7.5 ਲੱਖ ਰੁਪਈਆ ਤੁਸੀਂ, 13 ਲੱਖ ਰੁਪਈਆ ਜਾਂ 8 ਲੱਖ ਰੁਪਈਆ ਕਿਸ ਚੀਜ਼ ਦਾ ਪੇ ਕਰ ਰਹੇ ਹੋ? ਤੁਹਾਡਾ ਹੱਕ ਬਣਦਾ ਜਾਣਨਾ। GIC ਤੁਸੀਂ ਅਲੱਗ ਤੋਂ ਪੇ ਕਰ ਰਹੇ ਹੋ, ਬਈ ਇੰਨੀ ਚੀਜ਼ ਤਾਂ ਆਪਣੇ ਏਜੰਟ ਨੂੰ ਪੁੱਛੋ ਕਿ ਵੱਡੇ ਵੱਡੇ ਆਪਾਂ ਸੈਮੀਨਾਰ 'ਚ ਤੁਹਾਡੇ ਕੋਲ ਆਏ ਹਾਂ ਅਤੇ ਸਾਨੂੰ ਦੱਸੋ ਤਾਂ ਸਹੀ, ਸਾਡਾ ਹੱਕ ਬਣਦਾ ਕਿ ਮੇਰਾ ਜ਼ਿੰਦਗੀ ਤੁਸੀਂ ਕਿਉਂ ਖਰਾਬ ਕਰ ਰਹੇ ਹੋ ਕਿ ਮੈਨੂੰ ਜੇ ਵਰਕ ਪਰਮਿਟ ਨਹੀਂ ਮਿਲਣਾ ਤਾਂ ਮੈਂ ਕੀ ਕਰਾਂਗਾ? ਹੁਣ ਉਹਨਾਂ ਬੱਚਿਆਂ ਵਾਸਤੇ ਹੱਲ ਕੀ ਆ? ਮੈਂ ਉਸ ਗੱਲ 'ਤੇ ਆਉਂਦਾ, ਜੇਕਰ ਤੁਹਾਡੇ 6 ਬੈਂਡਸ ਓਵਰਆਲ ਨੇ, ਵੀਜ਼ਾ ਰਿਫਿਊਜ਼ ਹੋ ਚੁੱਕਿਆ, ਜਾਂ ਤੁਹਾਨੂੰ ਕੋਈ SDS ਦੇ ਵਿੱਚ ਜਾਂ ਤੁਹਾਨੂੰ ਓਨਟੈਰੀਓ ਦੇ ਵਿੱਚ ਨਹੀਂ ਕਾਲਜ ਮਿਲ ਰਿਹਾ, ਤੁਸੀਂ ਖੱਬੇ ਸੱਜੇ ਹੋਰ ਬੜੀਆਂ ਆਪਸ਼ਨਸ ਨੇ, ਮੋਨਟਰੀਅਲ 'ਚ ਜਾਓ। ਮੋਨਟਰੀਅਲ ਦੇ ਵਿੱਚ ਤੁਹਾਡੇ ਕੋਲ ਅੱਜ ਵੀ ਇਹੋ ਜਿਹੇ ਕਾਲਜਸ ਨੇ ਜਿੰਨੇ ਤੁਹਾਨੂੰ ਵਰਕ ਪਰਮਿਟ ਵੀ ਮਿਲਣਾ, ਤੁਹਾਨੂੰ ਪੜ੍ਹਨ ਦੇ ਨਾਲ ਨਾਲ ਵਰਕਿੰਗ ਰਾਈਟਸ ਵੀ ਮਿਲਣੇ ਆ, ਔਰ ਜੇਕਰ 2 ਸਾਲ ਦਾ ਕੋਰਸ ਕਰਨ ਜਾਂਦੇ ਹੋ ਅਪ ਟੂ 3 ਈਅਰਸ ਦਾ, ਤੁਹਾਨੂੰ ਵਰਕ ਪਰਮਿਟ ਵੀ ਮਿਲੇਗਾ, PR ਤੇ ਚਾਂਸਿਸ ਵੀ ਬਣਨਗੇ, ਪੋਸੀਬਿਲਿਟੀਜ਼ ਵੀ ਬਣਨਗੀਆਂ। ਸੋ ਸੇਮ ਫੀਸ ਤੁਸੀਂ ਪੇ ਕਰੋਗੇ ਕਿਸੇ ਪ੍ਰਾਈਵੇਟ ਕਾਲਜ ਦੇ ਵਿੱਚ, ਪਲੱਸ ਏਜੰਟ ਨੂੰ ਤੁਸੀਂ 15 ਲੱਖ ਰੁਪਇਆ, 10 ਲੱਖ ਰੁਪਏ ਪੇ ਕਰੋਗੇ, ਸੇਮ ਫੀਸ ਦੇ ਵਿੱਚ ਤੁਸੀਂ ਇੱਕ ਇਹੋ ਜਿਹੇ ਕਾਲਜ ਜਾ ਰਹੇ ਹੋ ਜਿੱਥੇ ਤੁਹਾਨੂੰ ਪੜ੍ਹਾਈ ਦੇ ਦੌਰਾਨ, ਪੜ੍ਹਾਈ ਤੋਂ ਬਾਅਦ ਵੀ 3 ਸਾਲ ਦਾ ਵਰਕ ਪਰਮਿਟ ਮਿਲੇਗਾ।
ਸੋ ਤੁਸੀਂ ਆਪਣੇ ਪੇਰੈਂਟਸ ਨੂੰ, ਪੇਰੈਂਟਸ ਨਾਲ ਗੱਲ ਕਰੋ, ਪੇਰੈਂਟਸ ਨੂੰ ਦਬਾਅ ਨਾ ਪਾਓ। ਆਮ ਤੌਰ ਤੇ ਹੁੰਦਾ ਕੀ ਹੈ, ਬੱਚਿਆਂ ਨੂੰ ਬਾਹਰ ਜਾਣ ਦੀ ਕਾਹਲੀ ਹੁੰਦੀ ਹੈ ਤੇ ਪੇਰੈਂਟਸ ਨੂੰ ਦਬਾਅ ਪਾ ਦਿੰਦੇ ਆ ਕਿ ਤੁਸੀਂ ਬਈ ਇਹਨਾਂ ਨੂੰ ਭਰ ਦਿਓ ਪੈਸੇ, ਏਜੰਟ ਨੇ ਕੋਈ ਫਾਈਲ ਦੇ ਵਿੱਚ ਤੂਨਾ ਨਹੀਂ ਕਰ ਦੇਣਾ, ਉਹੀ ਐਪਲੀਕੇਸ਼ਨ ਫੋਰਮ ਹੈ ਜਿਹੜਾ ਹਰ ਬੰਦੇ ਨੇ ਭਰਨਾ। ਚੈੱਕ ਲਿਸਟ ਦਾ ਫਰਕ ਪੈਂਦਾ ਐਸ ਡੀ ਐਸ ਦਾ ਤੇ ਨੋਨ ਐਸ ਡੀ ਐਸ ਦਾ, ਜਨਰਲ ਜਿਹਨੂੰ ਕਹਿੰਦੇ ਆਪਾਂ। ਸੋ ਪਲੀਜ਼ ਆਪਣੇ 15-15 10-10 ਲੱਖ ਰੁਪਇਆ ਖਰਾਬ ਨਾ ਕਰੋ। ਮੁੱਦਾ 10 ਲੱਖ ਰੁਪਏ ਜਾਂ 15 ਲੱਖ ਰੁਪਇਆ ਖਰਾਬ ਕਰਨ ਦਾ ਨਹੀਂ ਹੈਗਾ, ਕਿਉਂਕਿ ਤੁਸੀਂ ਇੰਨੇ ਪੈਸੇ ਖਰਚ ਕੇ ਵੀ ਤੁਹਾਨੂੰ ਵਰਕਿੰਗ ਰਾਈਟਸ ਨਹੀਂ ਮਿਲਣੇ। ਇਹ ਬਹੁਤ ਵੱਡਾ ਇਸ਼ੂ ਹੈਗਾ। ਹਰ ਬੱਚੇ ਉੱਥੇ ਜਾ ਕੇ ਚੈੱਕ ਕਰੋ, ਉਹ ਧਰਤੀ ਤੇ ਕੈਨੇਡਾ ਦੀ ਲੈਂਡ ਕਰਦੇ ਆ, ਜਾਂਦਿਆਂ ਪਤਾ ਚੱਲ ਜਾਂਦਾ ਉਹਨਾਂ ਨੂੰ ਕਿ ਬਈ ਟੋਰਾਂਟੋ 'ਚ ਆ ਗਏ ਆ, ਚਲੋ ਵੈਸੇ ਜੋਬਸ ਘੱਟ ਨੇ, ਹੁਣ ਜਿਹੜੇ ਕਾਲਜ ਵਿੱਚ ਆ ਗਏ ਆ ਇੱਥੇ ਇਹਨਾਂ ਕੋਲ ਡੀ ਐਲ ਏ ਨੰਬਰ ਤੇ ਹੈਗਾ, ਬਟ ਇਹਨਾਂ ਦਾ ਕੋਈ ਵੀ ਕੋਰਸ ਜਿਹੜਾ ਉਹ ਲਿਸਟ ਵਿੱਚ ਨਹੀਂ ਹੈਗਾ, ਮੈਨੂੰ ਵਰਕ ਪਰਮਿਟ ਹੀ ਨਹੀਂ ਮਿਲਣਾ, ਮੈਂ ਕੀ ਕਰਾਂਗਾ 2 ਸਾਲ ਕਰਨ ਕਰਨ ਤੋਂ ਬਾਅਦ? ਦੁਬਾਰਾ ਐਲਸ ਇੰਪਰੂਵ ਕਰੋਗੇ, ਦੁਬਾਰਾ ਕਿਸੇ ਗੌਰਮੈਂਟ ਕਾਲਜ 'ਚ ਐਡਮਿਸ਼ਨ ਲਵੋਗੇ, ਦੁਬਾਰਾ ਕਿਸੇ ਹੋਰ ਪ੍ਰੋਵਿੰਸ ਵਿੱਚ ਜਾਓਗੇ, ਰਾਈਟ? ਸੋ ਹੁਣ ਹੀ ਚੂਜ਼ ਵਾਈਜ਼ਲੀ ਯੂਅਰ ਕੋਰਸ, ਯੂਅਰ ਏਜੰਟ, ਐਂਡ ਡੋਂਟ ਵੇਸਟ ਯੂਅਰ ਮਨੀ, ਠੀਕ ਹੈ? ਹੁਣ ਮੋਂਟਰੀਅਲ ਦੇ ਵਿੱਚ ਮੇਰੇ ਕੋਲ ਆਪਸ਼ਨਸ ਨੇਗੀਆਂ ਜਿਹਦੇ ਵਿੱਚ ਤੁਹਾਨੂੰ 6 ਬੈਂਡਸ ਓਵਰਆਲ, 5.5 ਇੱਕ ਵਿੱਚ ਨੇ ਜਾਂ 2 ਵਿੱਚ ਨੇ, ਤੁਹਾਨੂੰ 2 ਸਾਲ ਦਾ ਕੋਰਸ ਮਿਲੇਗਾ, ਤੁਹਾਨੂੰ ਪੋਸਟ ਸਟੱਡੀ ਵਰਕ ਵੀਜ਼ਾ ਮਿਲੇਗਾ, ਪੀ ਆਰ ਦੇ ਚਾਂਸ ਮਿਲੇਗੇ, 4 ਮਹੀਨਿਆਂ ਦੀਆਂ ਅਕੋਮੋਡੇਸ਼ਨ ਤੁਹਾਨੂੰ ਫ੍ਰੀ ਮਿਲੇਗੀ, ਏਅਰਪੋਰਟ ਪਿਕਅਪ ਫ੍ਰੀ ਮਿਲੇਗੀ, ਟਰਾਂਸਪੋਰਟ ਸਿਸਟਮ ਜਿਹੜਾ ਤੁਹਾਨੂੰ ਫ੍ਰੀ ਲੈ ਕੇ ਦੇਗਾ ਕਾਲਜ। ਸੋ ਦਾ ਕਾਇੰਡ ਆਫ ਸਰਵਿਸ ਜਿਹੜੇ ਕਾਲਜਿਸ ਮੋਂਟਰੀਅਲ ਦੇ ਵਿੱਚ ਇਸ ਵੇਲੇ ਦੇ ਰਹੇ ਨੇ, ਮੈਨੂੰ ਲੱਗਦਾ ਨਹੀਂ ਕਿ ਟੋਰੋਂਟੋ ਦੇ ਵਿੱਚ ਦੇ ਰਹੇ ਹੋਣਗੇ। ਔਰ ਮੇਰੀ ਬਹੁਤ ਸਟੂਡੈਂਟਸ ਨਾਲ ਗੱਲ ਲਈ, ਮੈਂ ਖੁਦ ਵੀ ਹੋ ਕੇ ਆਇਆ, ਔਰ ਟੋਰੋਂਟੋ ਦੇ ਵਿੱਚ ਕੋਈ ਵੀ ਸਟੂਡੈਂਟ ਦਾ ਸਾਲ ਬਾਅਦ ਜਾਂ 6 ਮਹੀਨਿਆਂ ਬਾਅਦ ਆਪਣੀ ਕਾਰ ਤੋਂ ਬਗੈਰ ਗੁਜ਼ਾਰਾ ਨਹੀਂ ਹੈਗਾ। ਤੇ ਮੈਂ ਬਹੁਤ ਸਾਰੇ ਸਟੂਡੈਂਟ ਦੇਖੇ ਜਿਹੜੇ 2-2 ਸਾਲ ਤੋਂ ਨੇ ਐਂਡ ਉਹ ਪਬਲਿਕ ਟਰਾਂਸਪੋਰਟ ਯੂਜ਼ ਕਰ ਰਹੇ ਆ, ਠੀਕ ਹੈ? ਸੋ ਲਾਈਵ ਆਉਂਦਾ ਮੇਨ ਮਕਸਦ ਇਹੀ ਸੀਗਾ, ਪਲੀਜ਼ ਆਪਣੇ ਪੈਸੇ ਵੇਸਟ ਨਾ ਕਰੋ, ਆਪਣੇ ਮਾਂ ਬਾਪ ਦੇ ਪੈਸੇ ਖਰਾਬ ਨਾ ਕਰੋ, ਆਪਣੇ ਭਵਿੱਖ ਦੀ ਚਿੰਤਾ ਕਰੋ। ਤੇ ਜੇਕਰ ਤੁਹਾਨੂੰ ਆਪਣੇ ਕਾਲਜ ਬਾਰੇ ਜਾਣਨਾ, ਇਸ ਵੀਡੀਓ ਥੱਲੇ ਲਿੰਕ ਹੈਗਾ, ਲਿੰਕ ਨੂੰ ਕਲਿੱਕ ਕਰੋ। ਜੇ ਲਿੰਕ ਨੂੰ ਕਲਿੱਕ ਕਰਕੇ ਤੁਹਾਨੂੰ ਆਪਣਾ ਪ੍ਰੋਵਿੰਸ ਲੱਭ ਜਾਂਦਾ, ਪ੍ਰੋਵਿੰਸ ਤੋਂ ਬਾਅਦ ਆਪਣੇ ਕਾਲਜ ਦਾ ਨਾਮ ਤੁਸੀਂ ਕਰੋ ਸਿਲੈਕਟ, ਐਂਡ ਦੈਨ ਯੂ ਵਿਲ ਸੀ ਦਾ ਕਾਲਜਿਸ ਐਂਡ ਦਾ ਕੋਰਸ, ਉਹਨਾਂ ਦਾ ਡੀ ਐਲ ਏ ਨੰਬਰ, ਔਰ ਉਹਨਾਂ ਕੋਲੋਂ ਕੰਮ ਕਰਨ ਦਾ ਰਾਈਟ ਬੱਚਿਆਂ ਨੂੰ ਮਿਲਣਾ ਕਿ ਨਹੀਂ ਮਿਲਣਾ। ਹਰ ਚੀਜ਼ ਕਲੀਅਰ ਹੈਗੀ ਆ, ਅੰਬੈਸੀ ਨੇ ਹਰ ਚੀਜ਼ ਕਲੀਅਰ ਕੀਤੀ ਆ। ਔਰ ਇਸ ਮੁਤਲਕ ਤੁਹਾਨੂੰ ਕੋਈ ਸਾਡੀ ਹੈਲਪ ਚਾਹੀਦੀ ਹੈ, ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ, ਇਨਬੋਕਸ ਕਰ ਸਕਦੇ ਹੋ, ਮੈਂ ਡੈਫੀਨੇਟਲੀ ਤੁਹਾਡੀ ਹੈਲਪ ਕਰਾਂਗਾ। ਐਂਡ ਪਲੀਜ਼ ਬਚ ਕੇ ਰਹੋ, ਬੀ ਵੇਅਰ, ਥੈਂਕ ਯੂ ਵੈਰੀ ਮਚ, ਸਟੇ ਟਿਊਨਡ ਐਂਡ ਸਤਿ ਸ਼੍ਰੀ ਅਕਾਲ।